ਜੀ ਸਲਾਮ ਅਲੈਕੁਮ। ਅੱਜ ਲੈਲਪੁਰੀ ਆ ਜੀ, ਲਾਹੌਰ ਦੇ ਇੱਕ ਬੱਸ ਸਟੈਂਡ 'ਚ ਹੈ ਔਰ ਤੁਹਾਨੂੰ ਮੈਂ ਅੱਜ ਵਿਖਾਉਂਦਾ ਲਾਹੌਰ 'ਚ ਬੱਸ ਸਟੈਂਡ ਅਬਦੁੱਲਾ ਟਰੈਵਲ ਅਤੇ ਸਾਨੀਆ ਐਕਸਪ੍ਰੈਸ ਔਰ ਫੈਸਲ ਮੂਵਰ ਦਾ ਇੱਥੇ ਸਟੈਂਡ ਹੈ ਜੀ, ਔਰ ਮੈਂ ਤੁਹਾਨੂੰ ਇਹਨਾਂ ਦੀਆਂ ਗੱਡੀਆਂ ਚੈੱਕ ਕਰਾਉਂਦਾ। ਇਹ ਮਾਸ਼ਾਅੱਲਾ ਇੱਕ ਜਾ ਰਹੀ ਹੈ ਗੱਡੀ, ਜਾਂ ਇੱਕ ਸਾਡੇ ਵੱਲ ਵੀ ਆ ਰਹੀ ਹੈ ਤੁਸੀਂ ਵੇਖੋ, ਮਾਸ਼ਾਅੱਲਾ ਡਬਲ ਵੀਲਰ ਗੱਡੀ ਹੈ। ਔਰ ਇਹ ਜੀ ਸਾਹਮਣੇ ਫੈਸਲ ਮੂਵਰ ਦਾ ਸਟੈਂਡ ਹੈ ਔਰ ਇਹ ਬੰਦ ਰੋਡ 'ਤੇ ਲਾਹੌਰ 'ਚ ਜਿਹੜਾ ਨਾ ਜੀ, ਇਹ ਜਿਹੜਾ ਸਟੈਂਡ ਹੈਗੇ ਸਾਹਮਣੇ ਫੈਸਲ ਮੂਵਰ ਦਾ ਅਤੇ ਅਬਦੁੱਲਾ ਟਰੈਵਲ ਦਾ। ਸਾਹਮਣੇ ਜੀ ਟਿਕਟ ਵਾਸਤੇ ਕਾਊਂਟਰ ਬਣੇ ਆ ਅਲੱਗ ਅਲੱਗ ਸ਼ਹਿਰਾਂ ਦੇ। ਇਹ ਫੈਸਲ ਮੂਵਰ ਦੀਆਂ ਗੱਡੀਆਂ ਮਾਸ਼ਾਅੱਲਾ। ਲਾਹੌਰ ਸਰਗੋਧਾ ਇਹ ਵੇਖੋ ਮਾਸ਼ਾਅੱਲਾ, ਇਹ ਗੱਡੀ ਲੱਗ ਰਹੀ ਹੈ, ਫੈਸਲ ਮੂਵਰ ਦੀ ਗੱਡੀ ਹੈ ਜੀ ਔਰ ਇਹ ਬਿਜ਼ਨਸ ਕਲਾਸ ਹੈ ਔਰ ਇਸ ਗੱਲੋਂ ਬਿਜ਼ਨਸ ਵੇਟਿੰਗ ਏਰੀਆ ਇਹਨਾਂ ਦਾ ਅਲੱਗ ਹੈ, ਉੱਥੇ ਖੜ੍ਹੀ ਹੋ ਰਹੀ ਹੈ ਜਨਾਬ। ਇਹ ਸਾਰੀਆਂ ਜਿਹੜੀਆਂ ਪਿੱਛੇ ਖਲੋਤੀਆਂ ਇਹ ਬਿਜ਼ਨਸ ਕਲਾਸ ਗੱਡੀਆਂ ਔਰ ਜਿਹੜੀਆਂ ਇਸ ਸਾਈਡ 'ਤੇ ਖੜ੍ਹੀਆਂ ਇਹ ਬਿਜ਼ਨਸ ਨਹੀਂ ਹੈਗੀਆਂ, ਇਹ ਸਿੰਪਲ ਗੱਡੀਆਂ। ਔਰ ਜੀ ਇਹਦੀ ਵਜ੍ਹਾ ਤੋਂ ਔਰ ਮੇਰੇ ਵਾਲਦ ਸਾਹਿਬ ਵੀ ਫੌਤ ਹੋਏ ਸੀ, ਮੈਂ ਕੋਈ ਟਰੈਵਲ ਨਹੀਂ ਕਰ ਸਕਿਆ, ਉੱਤੋਂ ਉਹਨਾਂ ਦੀ ਪਹਿਲੀ ਈਦ ਸੀ, ਫਿਰ ਜਿਹੜਾ ਨਾ ਅਸੀਂ ਕੋਈ ਐਸਾ ਨਾ ਮੈਂ ਟਰੈਵਲ ਵਾਸਤੇ ਨਿਕਲ ਸਕਿਆ। ਕਰਾਚੀ ਤੋਂ ਬਾਅਦ ਮੈਂ ਕਿਧਰੇ ਨਹੀਂ ਗਿਆ ਜਨਾਬ, ਕਿਉਂਕਿ ਵਾਲਦ ਸਾਹਿਬ ਦੀ ਪਹਿਲੀ ਈਦ ਸੀ ਅਤੇ ਸਾਡਾ ਦਿਲ ਹੀ ਨਹੀਂ ਕੀਤਾ। ਔਰ ਇਨਸ਼ਾਅੱਲਾ ਹੁਣ ਮੈਂ ਨਿਕਲਾਂਗਾ ਤੁਹਾਡੇ ਵਾਸਤੇ ਇਨਸ਼ਾਅੱਲਾ, ਜਿੱਥੇ ਜਿੱਥੋਂ ਦੇ ਭਾਈਆਂ ਨੇ ਕਮੈਂਟ ਕੀਤੇ ਆ ਉੱਥੇ ਉੱਥੇ ਜਾ ਕੇ ਵੀਡੀਓ ਜ਼ਰੂਰ ਬਣਾਵਾਂਗੇ ਇਨਸ਼ਾਅੱਲਾ ਜੀ। ਔਰ ਜੀ ਸਾਨੀਆ ਐਕਸਪ੍ਰੈਸ ਅਤੇ ਅਬਦੁੱਲਾ ਟਰੈਵਲ ਦਾ ਅਲੱਗ ਸਟੈਂਡ ਹੈ, ਇਹ ਗੱਡੀਆਂ ਖਲੋਤੀਆਂ, ਕੋਸਤਾਨ ਵੀ ਖਲੋਤੀ ਹੈ ਇੱਥੇ। ਇਹ ਮਾਸ਼ਾਅੱਲਾ ਫੈਸਲ ਮੂਵਰ ਦਾ ਕਾਰਗੋ ਆਫਿਸ ਹੈ, ਇਹ ਸਾਰਾ ਸਟੈਂਡ ਸਾਨੀਆ ਐਕਸਪ੍ਰੈਸ ਅਤੇ ਅਬਦੁੱਲਾ ਟਰੈਵਲ ਦਾ। ਏ ਟੀ ਐੱਮ ਮਸ਼ੀਨ ਵੀ ਹੈ, ਵੇਟਿੰਗ ਏਰੀਆ ਸਾਹਮਣੇ। ਮਾਸ਼ਾਅੱਲਾ ਇਹ ਕੋਸਤਾਨ ਵਾਲੇ ਦੀ ਗੱਡੀ ਖਲੋਤੀ ਹੈ ਔਰ ਇਹ ਗੱਡੀ ਅੱਗੇ ਜਾ ਕੇ ਵੇਖਦੇ ਹਾਂ ਕਿੱਧਰ ਜਾ ਰਹੀ ਹੈ। ਔਰ ਇਹ ਮਾਸ਼ਾਅੱਲਾ ਜੀ ਡੇਰਾ ਗਾਜ਼ੀ ਖਾਨ ਜਾ ਰਹੀ ਹੈ, ਫੈਸਲ ਮੂਵਰ ਦੀ ਗੱਡੀ ਹੈ। ਔਰ ਜੀ ਇਹ ਛੋਟੇ ਕੋਸਟਰ ਵੀ ਹੈਗੇ ਫੈਸਲ ਮੂਵਰ ਵਾਲਿਆਂ ਦੇ ਔਰ ਇਹ ਪਤਾ ਨਹੀਂ ਕਿੱਥੇ ਜਾਂਦੇ ਆ, ਇਹਨਾਂ ਦੀ ਪਲ ਪਾਤ ਵੇਖਦੇ ਹਾਂ, ਲੈ ਲੈਂਦੇ ਹਾਂ। ਔਰ ਇਨਸ਼ਾਅੱਲਾ ਜੀ ਜਲਦੀ ਟਰੈਵਲ ਸ਼ੁਰੂ ਕਰਾਂਗੇ ਬਹੁਤ ਜਲਦ, ਜਿਹੜੇ ਜਿਹੜੇ ਦੋਸਤਾਂ ਨੇ ਜਿਹੜੇ ਜਿਹੜੇ ਸ਼ਹਿਰ ਵਾਸਤੇ ਮੈਨੂੰ ਜਾਣ ਵਾਸਤੇ ਬੋਲਿਆ ਹੋਇਆ ਉੱਥੇ ਉੱਥੇ ਜ਼ਰੂਰ ਜਾਵਾਂਗੇ ਮੈਂ ਜੀ ਇਨਸ਼ਾਅੱਲਾ। ਸਾਹਮਣੀ ਗੱਡੀ ਜੀ ਮਾਸ਼ਾਅੱਲਾ ਕਰਾਚੀ ਜਾ ਰਹੀ ਹੈ, ਕਰਾਚੀ ਦੀ ਸਵਾਰੀਆਂ ਬੈਠ ਰਹੀਆਂ ਇਹਦੇ ਵਿੱਚ। ਸਾਹਮਣੇ ਜੀ ਨਿਆਜ਼ੀ ਸਾਹਿਬ ਦਾ ਸਟੈਂਡ ਹੈ ਤਾਂ ਨਜ਼ਰ ਆ ਰਿਹਾ ਹੋਏਗਾ, ਇੱਕ ਦਿਨ ਇਨਸ਼ਾਅੱਲਾ ਉਹਨਾਂ ਸਟੈਂਡ 'ਤੇ ਵੀ ਜਾਵਾਂਗੇ ਔਰ ਉਹਨਾਂ ਨਾਲ ਮੁਲਾਕਾਤ ਵੀ ਕਰਾਂਗੇ ਜ਼ਰੂਰ। ਇਸਲਾਮਾਬਾਦ ਤੋਂ ਆ ਰਹੀ ਹੈ ਜੀ ਗੱਡੀ,
ਬਹਾਵਲਪੁਰ ਜਾ ਰਹੀ ਹੈ ਜੀ ਮੇਰਾ ਖਿਆਲ ਹੈ ਗੱਡੀ। ਸਵਾਰੀ ਕੋਈ ਐਡੀ ਖਾਸ ਨਹੀਂ ਹੈ ਗੱਡੀਆਂ 'ਚ, ਲੇਕਿਨ ਸਪੈਸ਼ਲ ਮੂਵਰ ਦੀ ਗੱਡੀਆਂ ਆਪਣੇ ਟਾਈਮ 'ਤੇ ਜਾ ਰਹੀਆਂ। ਔਰ ਅੱਜ ਜੀ ਮੈਂ ਕੋਈ ਸਪੈਸ਼ਲ ਵੀਡੀਓ ਬਣਾਉਣ ਨਹੀਂ ਆਇਆ, ਹਜ਼ਰਤ ਨਾਲ ਬਸ ਮੈਂ ਸਟੈਂਡ 'ਤੇ ਆਇਆ ਸੀ, ਬੱਚੇ ਆ ਰਹੇ ਉਹਨਾਂ ਨੂੰ ਲੈਣ ਵਾਸਤੇ, ਔਰ ਮੈਂ ਕਿਹਾ ਤੁਹਾਨੂੰ ਚਲੋ ਆਪਣੀ ਖੂਬਸੂਰਤ ਪਾਕਿਸਤਾਨ ਦੀਆਂ ਬੱਸਾਂ ਵਿਖਾ ਦਈਏ। ਇਸਲਾਮਾਬਾਦ ਤੋਂ ਆਈ ਹੈ ਜੀ ਇਹ ਵੀ ਗੱਡੀ, ਮਾਸ਼ਾਅੱਲਾ ਮਾਸ਼ਾਅੱਲਾ। ਦੋਸਤੋ ਮੈਨੂੰ ਦਿਓ ਹੁਣ ਤੁਸੀਂ ਇਜਾਜ਼ਤ, ਇਨਸ਼ਾਅੱਲਾ ਮਿਲਾਂਗੇ ਕਿਸੇ ਅੱਛੇ ਔਰ ਹਸੀਨ ਸਫ਼ਰ 'ਤੇ ਔਰ ਅੱਛੀ ਗੱਡੀ 'ਤੇ। ਉਦ ਤੱਕ ਮੈਨੂੰ ਇਜਾਜ਼ਤ ਦਿਓ, ਲੈਲਪੁਰੀਆ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ। ਜ਼ਿੰਦਗੀ ਰਹੀ ਅਤੇ ਮਿਲਾਂਗੇ ਇਨਸ਼ਾਅੱਲਾ ਅਗਲੀ ਵੀਡੀਓ 'ਚ, ਉਦੋਂ ਤੱਕ ਅੱਲਾ ਹਾਫਿਜ਼।